ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਚਰਚਾ ਦੇ ਵਿੱਚ ਤੁਹਾਡਾ ਸਵਾਗਤ ਹੈ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ, ਅਸੀਂ ਹਰ ਰੋਜ਼ ਚਰਚਾ ਪ੍ਰੋਗਰਾਮ ਦੇ ਵਿੱਚ ਇੱਕ ਅਹਿਮ ਵਿਸ਼ਾ ਲੈ ਕੇ ਉਸ 'ਤੇ ਚਰਚਾ ਕਰਦੇ ਹਾਂ। ਅੱਜ ਦਾ ਜਿਹੜਾ ਵਿਸ਼ਾ ਸਾਡਾ, ਉਹ ਵੀ ਬਹੁਤ ਅਹਿਮ ਹੈ। ਸਰਕਾਰੀ ਅਦਾਰਿਆਂ ਦੇ ਵਿੱਚ ਪੰਜਾਬੀ ਦੀ ਨਾਲ ਇੰਨੀ ਬੇਰੁਖੀ ਕਿਉਂ ਵਰਤੀ ਜਾਂਦੀ ਹੈ, ਇਹਦੇ ਬਾਰੇ ਅਸੀਂ ਗੱਲ ਕਰਨੀ ਹੈ। ਇਹ ਕਿਸ ਹਵਾਲੇ ਨਾਲ, ਇਹ ਵੀ ਮੈਂ ਤੁਹਾਨੂੰ ਦੱਸਦਾ। 1967 ਦੇ ਵਿੱਚ ਸਰਦਾਰ ਲਛਮਣ ਸਿੰਘ ਗਿੱਲ ਨੇ ਪੰਜਾਬੀ ਨੂੰ, ਮੈਂ ਸਮਝਦਾ ਮਾਂ ਬੋਲੀ ਨੂੰ, ਮਹਾਰਾਣੀ ਦਾ ਦਰਜਾ ਦਿਵਾਉਣ ਲਈ ਕਾਫੀ ਮਿਹਨਤ ਕੀਤੀ ਸੀ ਔਰ ਕਾਨੂੰਨ ਪਾਸ ਕੀਤਾ ਸੀ। ਉਸ ਵੇਲੇ ਤੋਂ ਲੈ ਕੇ ਹੁਣ ਤੱਕ ਲਗਾਤਾਰ ਪੰਜਾਬੀ ਸਾਹਿਤਕਾਰ, ਪੰਜਾਬੀ ਲੇਖਕ, ਪੰਜਾਬੀ ਪਿਆਰੇ ਲਗਾਤਾਰ ਯਤਨ ਕਰ ਰਹੇ ਨੇ ਪੰਜਾਬੀ ਨੂੰ ਉਸਦਾ ਬਣਦਾ ਰੁਤਬਾ ਮਿਲੇ। ਪਰ ਪਿਛਲੇ ਦਿਨੀ ਇੱਕ ਖਬਰ ਅਖਬਾਰਾਂ 'ਚ ਛਪੀ, ਅੱਜ ਵੀ ਕਈ ਅਖਬਾਰਾਂ ਦੇ ਵਿੱਚ ਉਹ ਖਬਰ ਹੈ ਕਿ ਪਾਵਰਕੌਮ ਜੋ ਅਦਾਰਾ ਹੈ, ਬਿਜਲੀ ਬੋਰਡ, ਇਸ ਦੇ ਵਿੱਚ ਭਰਤੀ ਹੋਣੀ ਹੈ ਜੇਈਸ ਦੀ। ਕੁਛ ਕਲਰਕ LDC ਰੱਖਣੇ ਨੇ, SSA ਰੱਖਣੇ ਨੇ, ਇਸ ਤਰ੍ਹਾਂ ਦੀ ਭਰਤੀ ਹੈ। ਕੋਈ 16-17 ਫਰਵਰੀ ਨੂੰ ਹੋ ਰਹੀ ਹੈ, ਫਿਰ 26-27 ਫਰਵਰੀ ਨੂੰ ਹੋਣੀ ਹੈ। ਇਹਨਾਂ ਦੇ ਜਿਹੜੇ ਇਗਜ਼ਾਮ, ਜਿਹੜੇ ਇਹਨਾਂ ਦੇ ਪ੍ਰੀਖਿਆ ਹੋਣੀ ਹੈ, ਉਹ ਅੰਗਰੇਜ਼ੀ 'ਚ ਹੋਣੀ ਹੈ। ਉਹ 'ਚ ਪੰਜਾਬੀ ਦੇ ਵਿੱਚ ਕੋਈ ਸਵਾਲ ਨਾ ਆਉਣਾ, ਨਾ ਸਵਾਲ ਦਾ ਜਵਾਬ ਦਿੱਤਾ ਜਾ ਸਕਦਾ। ਇਸ ਤਰ੍ਹਾਂ ਦਾ ਕਿਉਂ ਹੋ ਰਿਹਾ, ਇਹ ਵਰਤਾਰਾ ਕਿਉਂ ਹੈ, ਇੰਨੇ ਸਾਲਾਂ ਬਾਅਦ ਵੀ ਪੰਜਾਬੀ ਨਾਲ ਇਸ ਕਿਸਮ ਦੀ ਬੇਰਖੀ ਕਿਉਂ ਹੈ, ਕੌਣ ਕਰ ਰਿਹਾ, ਇਹ ਸਵਾਲ ਸਾਡੇ ਸਾਹਮਣੇ ਹੈ। ਇਸ ਦੇ ਬਾਰੇ ਵਿਚਾਰ ਕਰਨ ਲਈ ਅੱਜ ਅਸੀਂ ਕੁਛ ਮਹਿਮਾਨ ਬੁਲਾਏ ਨੇ। ਮੇਰੇ ਨਾਲ ਭਾਸ਼ਾ ਵਿਭਾਗ ਦੇ ਅਸਿਸਟੈਂਟ ਡਾਇਰੈਕਟਰ ਡਾਕਟਰ ਹਨੇਕ ਸਿੰਘ ਹੋਰ ਬੈਠੇ ਨੇ ਜੀ। ਇਹ ਦੱਸਣਗੇ ਕਿ ਭਾਸ਼ਾ ਵਿਭਾਗ ਦੀ ਇਹ ਡਿਊਟੀ ਬਣੀ ਸੀ ਕਿ ਇਸ ਨੂੰ ਐਕਟ ਨੂੰ ਲਾਗੂ ਕਰਵਾਇਆ ਜਾਵੇ। ਔਰ ਇਸੇ ਤਰੀਕੇ ਨਾਲ ਡਾਕਟਰ ਭੀਮਿੰਦਰ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਨੇ ਪੰਜਾਬੀ ਦੇ, ਔਰ ਪ੍ਰਸਿੱਧ ਚਿੰਤਕ ਨੇ, ਲੇਖਕ ਨੇ, ਔਰ ਨਾਲ ਹੀ ਸਾਡੇ ਅੱਜ ਸਰਦਾਰ ਕੁਲਵਿੰਦਰ ਸਿੰਘ ਢਿੱਲੋਂ, ਜਿਹਨਾਂ ਨੂੰ ਪਿਆਰ ਨਾਲ ਦੋਸਤ ਮੋਮੀ ਢਿੱਲੋਂ ਕਹਿੰਦੇ ਨੇ। ਇਹ ਜਿਹੜੇ ਬਿਜਲੀ ਬੋਰਡ ਦੇ ਵਿੱਚ ਸਾਰੀਆਂ ਜਥੇਬੰਦੀਆਂ, ਤਕਰੀਬਨ 11-12 ਜਥੇਬੰਦੀਆਂ ਨੇ ਇੰਪਲਾਈਜ਼ ਦੀਆਂ, ਉਹਨਾਂ ਦੇ ਚੇਅਰਮੈਨ ਰਹੇ ਨੇ ਔਰ ਡਿਪਟੀ ਸੈਕਟਰੀ ਦੇ ਤੌਰ 'ਤੇ ਰਿਟਾਇਰ ਹੋਏ ਨੇ। ਇਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿ ਤੁਹਾਡੇ ਇੰਪਲਾਈਜ਼ ਨੂੰ ਅੰਗਰੇਜ਼ੀ ਦੇ ਵਿੱਚ ਜ਼ਰੂਰੀ ਹੈ ਪੇਪਰ ਦੇਣਾ, ਇਹ ਸਾਰੀਆਂ ਇਹਦੇ ਬਾਰੇ ਚਰਚਾ ਕਰਨੀ ਹੈ। ਲੇਕਿਨ ਮੈਂ ਆਪਣਾ ਜਿਹੜਾ ਪ੍ਰੋਗਰਾਮ ਹੈ, ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦਾ ਸਾਰੇ ਮਹਿਮਾਨਾਂ ਦਾ, ਔਰ ਪ੍ਰੋਗਰਾਮ ਦਾ ਆਗਾਜ਼ ਡਾਕਟਰ ਹਨੇਕ ਤੁਹਾਡੇ ਤੋਂ ਕਰਦੇ ਜੀ। ਕੀ ਹੈ, ਤੁਹਾਨੂੰ ਲੱਗਦਾ ਕਿ ਜਦੋਂ ਐਕਟ ਬਣਿਆ, ਵੈਸੇ ਐਕਟ ਦੇ ਵਿੱਚ ਜਦੋਂ 67 ਦੇ ਵਿੱਚ ਐਕਟ ਪਾਸ ਹੁੰਦਾ ਅਤੇ 8 ਦੇ ਵਿੱਚ ਅਮੈਂਡਮੈਂਟ ਹੁੰਦੀ ਹੈ, ਇਹਨੂੰ ਤੁਸੀਂ ਸਫੀਸ਼ੀਐਂਟ ਮੰਨਦੇ ਹੋ ਪੰਜਾਬੀ ਲਾਗੂ ਕਰਨ ਲਈ? ਵਾਲੀਆ ਸਾਹਿਬ, ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਬਹੁਤ ਹੀ ਮਹੱਤਵਪੂਰਨ, ਬੜੇ ਸੰਵੇਦਨਸ਼ੀਲ ਮੁੱਦੇ ਨੂੰ ਲੈ ਕੇ ਅੱਜ ਦਾ ਜਿਹੜਾ ਇਹ ਚਰਚਾ ਦਾ ਵਿਸ਼ਾ ਬਣਾਇਆ ਜੀ। ਸੋ ਦੂਸਰੀ ਗੱਲ ਜਿਹੜੀ ਤੁਸੀਂ ਪੰਜਾਬੀ ਦੀ ਕੀਤੀ ਆ, ਸੋ ਭਾਸ਼ਾ ਵਿਭਾਗ ਪੰਜਾਬ ਬੁਨਿਆਦੀ ਰੂਪ ਦੇ ਵਿੱਚ ਹੋਂਦ ਵਿੱਚ ਹੀ ਇਸ ਲਈ ਆਇਆ ਸੀ ਕਿ ਪੰਜਾਬ ਰਾਜ ਦੇ ਵਿੱਚ ਪੰਜਾਬੀ ਨੂੰ ਲਾਗੂ ਕੀਤਾ ਜਾਵੇ ਜੀ। ਸੋ 1 ਜਨਵਰੀ 1948 ਨੂੰ ਪੰਜਾਬੀ ਸੈਕਸ਼ਨ ਦੇ ਰੂਪ ਵਿੱਚ ਇਹ ਵਿਭਾਗ ਹੋਂਦ ਵਿੱਚ ਆਇਆ। ਮਹਿਕਮਾ ਪੰਜਾਬੀ, ਮਹਿਕਮਾ ਜਿਹੜਾ ਹੈ, ਜਦੋਂ ਪੈਪਸੂ ਬਣਿਆ ਤਾਂ ਮਹਿਕਮਾ ਪੰਜਾਬੀ ਬਣਿਆ। 1956 ਦੇ ਵਿੱਚ ਜਿਹੜਾ ਹੈ ਪੈਪਸੂ ਟੁੱਟਣ ਤੋਂ ਬਾਅਦ ਤੇ ਭਾਸ਼ਾ ਵਿਭਾਗ ਪੰਜਾਬ ਦੇ ਰੂਪ ਵਿੱਚ ਸਾਹਮਣੇ ਆਇਆ। ਸੋ ਬੁਨਿਆਦੀ ਰੂਪ ਵਿੱਚ ਇਸ ਵਿਭਾਗ ਨੇ ਪੰਜਾਬੀ ਦੀ ਤਰੱਕੀ ਲਈ ਬਹੁਤ ਕੰਮ ਕੀਤਾ ਜੀ। ਸੋ ਜਿਹੜੀ ਗੱਲ ਤੁਸੀਂ ਪੰਜਾਬੀ ਨੂੰ ਬਣਦਾ ਰੁਤਬਾ ਦਿਵਾਉਣ ਦੀ ਗੱਲ ਕਰਦੇ ਹੋ, ਸੋ ਭਾਸ਼ਾ ਵਿਭਾਗ ਨੇ ਇਸ ਕੰਮ ਲਈ 1967 ਦੇ ਵਿੱਚ ਸਰਦਾਰ ਲਛਮਣ ਸਿੰਘ ਗਿੱਲ, ਜਿਹੜੇ ਉਦੋਂ ਪੰਜਾਬ ਦੇ ਮੁੱਖ ਮੰਤਰੀ ਸੀ, ਉਹਨਾਂ ਨੇ ਪੰਜਾਬੀ ਨੂੰ ਜਿਹੜਾ ਰਾਜ ਭਾਸ਼ਾ ਦਾ ਦਰਜਾ ਦਿੱਤਾ ਸੀ। ਬਿਲਕੁਲ। ਸੋ ਉਦੋਂ ਤੋਂ ਹੀ ਮਹਿਕਮੇ ਨੇ ਬਹੁਤ ਤਨਦੇਹੀ ਨਾਲ ਕੰਮ ਕੀਤਾ। ਸਮੁੱਚੇ ਪੰਜਾਬ ਦੇ ਦਫ਼ਤਰਾਂ ਦੇ ਵਿੱਚ ਜਾ ਕੇ ਸਾਡੇ ਜਿਹੜੇ ਜ਼ਿਲ੍ਹਾ ਭਾਸ਼ਾ ਅਫਸਰ ਨੇ ਉਹ ਚੈਕਿੰਗ ਕਰਦੇ ਇਸ ਗੱਲ ਦੀ ਕਿ ਦਫ਼ਤਰਾਂ ਦੇ ਵਿੱਚ ਜਿਹੜਾ ਹੈ ਪੰਜਾਬੀ ਦਾ ਕੰਮ ਹੋ ਰਿਹਾ ਜਾਂ ਨਹੀਂ ਹੋ ਰਿਹਾ ਜੀ। ਇਹ ਜਿਹੜੀ ਤੁਸੀਂ ਡਾਕਟਰ ਹਨੇਕ ਹੋਰਾਂ ਨੇ ਗੱਲ ਕੀਤੀ ਹੈ, ਡਾਕਟਰ ਭੀਮਿੰਦਰ, ਤੁਸੀਂ ਸਹਿਮਤ ਹੋ ਕਿ ਸਾਰੇ ਪੰਜਾਬੀ ਦੇ ਵਿੱਚ ਕੰਮ ਹੋ ਰਿਹਾ, ਸਾਰੇ ਅਦਾਰਿਆਂ ਦੇ ਵਿੱਚ, ਸਾਰੇ ਦਫ਼ਤਰਾਂ ਦੇ ਵਿੱਚ? ਬਿਲਕੁਲ ਵਾਲੀਆ ਸਾਹਿਬ, ਮੈਂ ਦੱਸਣਾ ਚਾਹਾਂਗਾ ਆਪਣੇ ਦਰਸ਼ਕਾਂ ਨੂੰ ਕਿ ਪੰਜਾਬ ਨੂੰ ਜਾਂ ਹਿੰਦੁਸਤਾਨ ਨੂੰ ਆਜ਼ਾਦ ਹੋਇਆਂ 70 ਸਾਲ ਹੋ ਗਏ ਜੀ, ਔਰ ਪੰਜਾਬੀ ਸੂਬਾ ਇੱਕ ਐਸਾ ਬਦਕਿਸਮਤ ਸੂਬਾ ਹੈ ਜਿਹੜਾ ਪੰਜਾਬੀ ਦੇ ਨਾਂ 'ਤੇ ਬਣਿਆ, ਔਰ ਇੱਥੇ ਪੰਜਾਬੀ ਹੀ ਸਾਡੀ ਮਾਂ ਬੋਲੀ ਗੈਰ ਪੰਜਾਬੀ ਹੋ ਗਈ। ਇਹ ਗੈਰ ਦੂਸਰੀਆਂ ਜਿਹੜੀਆਂ ਭਾਸ਼ਾਵਾਂ ਸੀ, ਚਾਹੇ ਉਹ ਅੰਗਰੇਜ਼ੀ ਹੈ ਜਾਂ ਹਿੰਦੀ ਹੈ, ਉਹਨਾਂ ਦਾ ਬੋਲਬਾਲਾ ਜ਼ਿਆਦਾ ਰਿਹਾ ਇੱਥੇ। ਸਾਡੀ ਜਿਹੜੀ ਆਪਣੀ ਮਾਂ ਬੋਲੀ ਸੀ,
ਇਹਦੇ ਤੋਂ ਸਾਡੇ ਜਿਹੜੇ ਸਾਡੇ ਬੱਚੇ ਸੀ, ਅਸੀਂ ਖੁਦ ਪੰਜਾਬੀ ਜਿਹੜੇ ਸੀ, ਉਹ ਵਿਰਵੇ ਹੋ ਗਏ। ਪਿਛਲੇ 70 ਸਾਲਾਂ ਦਾ ਇਤਿਹਾਸ ਇਹ ਦੱਸਦਾ, ਚਾਹੇ ਉਹ ਅਕਾਲੀਆਂ ਦੀ ਸਰਕਾਰ ਹੋਵੇ, ਚਾਹੇ ਉਹ ਕਾਂਗਰਸ ਦੀ ਸਰਕਾਰ ਹੋਵੇ। ਮੈਂ ਇੱਥੇ ਤੁਸੀਂ ਬਿਜਲੀ ਬੋਰਡ ਦੇ ਜਿਹੜੇ ਪੇਪਰ ਹੋਣੇ ਦੀ ਗੱਲ ਕੀਤੀ ਹੈ, ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਦੋਂ ਸਹੁੰ ਚੁੱਕਦਾ ਮੁੱਖ ਮੰਤਰੀ ਦੀ, ਤਾਂ ਉਹ ਅੰਗਰੇਜ਼ੀ ਵਿੱਚ ਚੁੱਕਦਾ, ਔਰ ਉਹ ਮੁੱਖ ਮੰਤਰੀ ਹੈ ਇਹ, ਸਿੱਖਿਆ ਮੰਤਰੀ ਹਿੰਦੀ ਚੁੱਕ ਰਹੀ ਹੈ, ਸਿੱਖਿਆ ਮੰਤਰੀ ਹਿੰਦੀ ਚੁੱਕ ਰਹੀ ਹੈ। ਤਾਂ ਅਸੀਂ ਕਿੱਥੋਂ ਸੋਚ ਲਈਏ ਕਿ ਪੰਜਾਬੀ ਦੇ ਲੋਕ ਜਿਹੜੇ ਪੰਜਾਬੀ ਬੋਲਣ ਵਾਲੇ ਲੋਕ ਨੇ, ਉਹਨਾਂ ਦਾ ਔਰ ਭਵਿੱਖ ਕੀ ਹੋ ਸਕਦਾ। ਸੋ ਸਾਡੀ ਪੰਜਾਬੀ ਭਾਸ਼ਾ ਜਿਹੜੀ ਹੈ, ਪੰਜਾਬੀ ਬੋਲੀ ਸਾਡੇ ਪਰਿਵਾਰਾਂ ਤੋਂ ਦੂਰ ਹੋ ਰਹੀ ਹੈ, ਸਾਡੇ ਵਪਾਰ ਤੋਂ ਦੂਰ ਹੋਈ ਹੈ, ਬਾਜ਼ਾਰ ਤੋਂ ਦੂਰ ਹੋ ਗਈ, ਕਿਉਂਕਿ ਇਹ ਸਰਕਾਰ ਤੋਂ ਦੂਰ ਹੋ ਗਈ ਅਤੇ ਰੁਜ਼ਗਾਰ ਤੋਂ ਦੂਰ ਹੋ ਗਈ। ਜੀ, ਇਹ ਜਿਹੜੀ ਸਰਕਾਰ ਤੋਂ ਦੂਰ ਹੋ ਗਈ, ਮੈਂ ਜਿਹੜੀ ਗੱਲ ਅੱਜ ਦਾ ਜਿਹੜਾ ਵਿਸ਼ਾ ਹੈ, ਜਿਹੜੀ ਚਰਚਾ ਦਾ ਵਿਸ਼ਾ, ਤਾਂ ਇਹ ਸੀ ਕਿ ਤੁਸੀਂ ਸਾਰੀ ਉਮਰ ਬਿਜਲੀ ਬੋਰਡ ਦੀ ਸੇਵਾ ਕੀਤੀ ਔਰ ਉਹਨਾਂ ਦੇ ਲੀਡਰ ਰਹੇ, ਸਾਰੀਆਂ ਜਿੰਨੇ ਵੀ ਅਪਲਾਈ ਯੂਨੀਅਨ ਨੇ, ਟ੍ਰੇਡ ਯੂਨੀਅਨ ਤੁਸੀਂ ਰਹੇ ਹੋ, ਉਹਨਾਂ ਦੇ ਤੁਸੀਂ ਚੇਅਰਮੈਨ ਰਹੇ ਹੋ, ਅਤੇ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਇੰਪਲਾਈਜ਼ ਤੁਸੀਂ ਭਰਤੀ ਕਰਨੇ ਨੇ, ਉਹ ਉਹਨਾਂ ਨੂੰ ਪੰਜਾਬੀ 'ਚ ਪੇਪਰ ਹੋਵੇ ਤਾਂ ਜ਼ਿਆਦਾ ਚੰਗੀ ਗੱਲ ਨਹੀਂ ਹੈ? ਅਤੇ ਹੁਣ ਹੋਣਾ ਕੀ ਹੈ, ਜੇ ਅੰਗਰੇਜ਼ੀ ਪੇਪਰ ਹੋਣਗੇ ਤਾਂ ਤੁਸੀਂ ਪੰਜਾਬ ਦੀ ਇੱਕ ਵੱਡੀ ਸੈਗਮੈਂਟ ਜਿਹੜੀ ਹੈ, ਤੁਹਾਡਾ ਅਦਾਰਾ ਜਿਹੜਾ ਹੈ ਤੁਹਾਡਾ ਪੁਰਾਣਾ, ਉਹ ਪਿੰਡਾਂ ਦੇ ਜਿਹੜੇ ਬੱਚੇ ਨੇ ਜਿਹੜੇ ਅੰਗਰੇਜ਼ੀ ਤੋਂ ਵੈਸੇ ਹੀ ਡਰਦੇ ਨੇ, ਉਹ ਤਾਂ ਪਾਸ ਹੀ ਨਹੀਂ ਹੋ ਸਕਣਗੇ, ਜਾਂ ਉਹ ਤਾਂ ਪੇਪਰ ਉਹਨਾਂ ਦਾ ਕੌਨਫੀਡੈਂਸ ਹੀ ਨਹੀਂ ਹੈ, ਇਹਦਾ ਮਤਲਬ ਪਹਿਲਾਂ ਹੀ ਅਸੀਂ ਉਹਨਾਂ ਨੂੰ ਪਰੇ ਕਰਤਾ। ਤੋ ਤੁਹਾਨੂੰ ਨਹੀਂ ਲੱਗਦਾ ਕਿ ਇੰਪਲਾਈਜ਼ ਇਸ ਮਾਮਲੇ ਦੇ ਵਿੱਚ ਕੁਛ ਬੋਲਦੇ ਨੇ ਜਾਂ ਬੋਲਣਗੇ? ਬਾਲੀਆ ਸਾਹਿਬ, ਇਹਦੇ ਬਾਰੇ ਮੈਂ ਇੱਕ ਬੜੀ ਸਪਸ਼ਟ ਗੱਲ ਦੱਸਦੇ ਹਾਂ ਜੀ, ਕਿਉਂਕਿ ਇਹ ਕੁਛ ਜਿਹੜੀਆਂ ਗੱਲਾਂ ਨੇ ਸਾਡੇ ਭਾਵੇਂ ਅਫਸਰ ਸਾਹਿਬਾਨ, ਲੀਡਰ ਸਾਹਿਬਾਨ ਜਾਂ ਜੋ ਵੀ ਨੇ, ਇਹ ਕਹਿੰਦੇ ਤਾਂ ਇਹ ਨੇ ਵੀ ਪੰਜਾਬੀ ਨੂੰ ਪ੍ਰਮੋਟ ਕਰ ਰਹੇ ਹਾਂ, ਪਿੰਡਾਂ ਵਾਲਿਆਂ ਵਾਸਤੇ ਅਸੀਂ ਕਰ ਰਹੇ ਹਾਂ, ਪਰ ਜਦੋਂ ਉਹ ਪ੍ਰੈਕਟੀਕਲੀ ਆਪਾਂ ਉਹਨੂੰ ਸ਼ੇਪ 'ਚ ਦੇਖ ਲਈਏ, ਜੋ ਜਿਹੜੀ ਮਰਜ਼ੀ ਫਾਈਲ ਕਿਸੇ ਵੀ ਸੀਨੀਅਰ ਅਫਸਰ ਦੀ ਚੁਕਾ ਕੇ ਦੇਖ ਲਿਓ, ਉਹ ਸਭ ਇੰਗਲਿਸ਼ 'ਚ ਕੰਮ ਹੋ ਰਿਹਾ। ਇੱਕ ਨੰਬਰ ਤੋਂ ਤੇ ਜਿੱਥੇ ਸਵਾਲ ਪੇਪਰਾਂ ਦਾ ਹੈ, ਅੱਜ ਸਾਡੇ ਵਿੱਚ ਸਰਕਾਰ ਕੋਈ ਹੋਵੇ, ਕਾਂਗਰਸ ਦੀ ਹੋਵੇ, ਅਕਾਲੀ ਦਲ ਦੀ ਹੋਵੇ, ਪਰ ਜਿਹੜਾ ਕੰਮ ਹੈ ਉਹ ਇੰਗਲਿਸ਼ ਵਿੱਚ ਹੋ ਰਿਹਾ। ਔਰ ਜਿੱਥੇ ਤੱਕ ਸਵਾਲ ਅਸੀਂ ਸਟੇਜਾਂ ਤੋਂ ਤਾਂ ਕਹਿੰਦੇ ਹਾਂ ਜੀ, ਅਸੀਂ ਪਿੰਡਾਂ ਵਾਲਿਆਂ ਦਾ, ਅਸੀਂ ਕਿਸਾਨਾਂ ਦਾ, ਅਸੀਂ ਇਹਨਾਂ ਦੇ, ਇਹ ਜਿਹੜੀ ਸਾਡੀ ਸਰਕਾਰ ਹੈ ਇਹ ਹੈ ਹੀ ਪਿੰਡਾਂ ਵਾਲਿਆਂ ਵਾਸਤੇ ਹੈ ਜਾਂ ਗਰੀਬ ਪਿਛੜੇ ਵਰਗਾਂ ਵਾਸਤੇ ਹੈ? ਜਿਹੜੇ ਪਿਛੜੇ ਵਰਗ ਨੇ ਉਹ ਤਾਂ ਸਾਰੇ ਹੈ ਹੀ ਬੇਸਿਕਲ ਪੰਜਾਬੀ। ਜਿੱਥੇ ਤੱਕ ਸਵਾਲ ਆਉਂਦਾ, ਜੇ ਉਹ ਪੰਜਾਬੀ ਨੇ ਸਕੂਲਾਂ ਦੇ ਵਿੱਚ ਪੜ੍ਹ ਕੇ, ਜਿਹੜੇ ਬੱਚੇ ਪਿੰਡਾਂ ਵਾਲੇ ਨੇ ਜਦੋਂ ਕਿਸੇ ਕੰਪੀਟੀਸ਼ਨ ਦੇ ਵਿੱਚ ਆ ਕੇ ਉਹ ਬੈਠਦੇ ਨੇ, ਜਦੋਂ ਉਹ ਪੇਪਰ ਇੰਗਲਿਸ਼ ਵਿੱਚ ਹੋਊਗਾ ਉਹ ਕਰ ਹੀ ਨਹੀਂ ਸਕਦੇ। ਬਿਲਕੁਲ, ਇਹੀ ਤਾਂ ਮੈਂ ਗੱਲ ਕਹਿੰਦਾ, ਜਿਹੜਾ ਮੇਰਾ ਸਵਾਲ ਤੁਹਾਨੂੰ ਹੈ ਨਾ, ਟ੍ਰੇਡ ਯੂਨੀਅਨ ਇਹ ਬਿਲਕੁਲ ਤੁਸੀਂ ਤੁਹਾਡੇ ਯੂਨੀਅਨ ਨੇ ਮੰਗ ਕਰਦੀ ਕਿ ਪੰਜਾਬੀ 'ਚ? ਹੁਣ ਸਵਾਲ ਆ ਗਿਆ, ਅਸੀਂ ਇਹ ਬਹੁਤ ਮੰਗ ਕੀਤੀ ਕਿਉਂਕਿ ਸਾਡੇ ਵਿੱਚ ਚੈਕਿੰਗਾਂ ਵੀ ਹੋਈਆਂ ਜੀ। ਇਹ ਜਦੋਂ ਸਰਕਾਰ ਵੱਲੋਂ ਪ੍ਰੈਸ਼ਰ ਪੈਂਦਾ ਜੀ ਪੰਜਾਬੀ ਲਾਗੂ ਕੀਤੀ ਜਾਵੇ, ਉਹਨਾਂ ਦੀਆਂ ਚੈਕਿੰਗਾਂ ਵੀ ਹੁੰਦੀਆਂ। ਚੈਕਿੰਗਾਂ ਹੋਣਦੀਆਂ ਕਿਹਨਾਂ ਦੀਆਂ? ਥੱਲੇ ਵਾਲੇ ਕਲਰਕਾਂ ਦੀਆਂ। ਲੇਕਿਨ ਕਲਰਕ ਤਾਂ 90% ਜਿਹੜੇ ਪੰਜਾਬੀ 'ਚ ਕੰਮ ਕਰਦੇ। ਜਿੱਥੇ ਤੱਕ ਸਵਾਲ ਆ ਜਾਂਦਾ ਅਫਸਰਸ ਦਾ, ਭਾਵੇਂ ਚੇਅਰਮੈਨ ਹੈ, ਭਾਵੇਂ ਕਿਸੇ ਵੀ ਹੈੱਡ ਆਫ ਦਾ ਡਿਪਾਰਟਮੈਂਟਸ ਹੈ, ਉਹਦੀ ਕੋਈ ਫਾਈਲ ਚੁਕਾ ਕੇ ਦੇਖ ਲਈ ਜਾਵੇ ਜਾਂ ਗੌਰਮੈਂਟ ਦੀ ਕੋਈ ਫਾਈਲ ਚੁਕਾ ਕੇ ਦੇਖ ਲਈ ਜਾਵੇ, ਉਹ ਸਾਰੇ ਉੱਪਰ ਇੰਗਲਿਸ਼ ਦੇ ਵਿੱਚ ਕਰਦੇ ਆ। ਜਦੋਂ ਤੁਸੀਂ ਉੱਪਰੋਂ ਫਾਈਲ ਇੰਗਲਿਸ਼ ਵਿੱਚ ਚੱਲ ਕੇ ਆਊਗੀ ਥੱਲੇ, ਉਹ ਥੱਲੇ ਵਾਲੇ ਨੂੰ ਪਹਿਲੀ ਗੱਲ ਤਾਂ ਸਮਝ ਨਹੀਂ ਆਉਂਦੀ, ਫਿਰ ਉਹ ਨੋਟਿੰਗ ਲਿਖਦਾ। ਜੇ ਉਹ ਪੰਜਾਬੀ 'ਚ ਲਿਖੂਗਾ ਤੇ ਉਹਦੇ ਵਿੱਚ ਉਹਦੀ ਕੋਈ ਨਾ ਕੋਈ ਗਲਤੀ ਹੋਊਗੀ, ਇਸ ਕਰਕੇ ਨਾਲੇ ਤਾਂ ਇਹਨਾਂ ਨੂੰ ਗਲਤ ਡਿਕਟੇਟ ਕਰਾਉਂਦੇ ਨੇ। ਇਸ ਕਰਕੇ ਮੈਂ ਇਹ ਪਰਜੋਰ, ਮਤਲਬ ਜਿਹੜੀ ਵੀ ਮਰਜ਼ੀ ਸਰਕਾਰ ਹੋਵੇ ਸਾਡੇ ਪੰਜਾਬ ਦੀ, ਜੇ ਅਸੀਂ ਪੰਜਾਬ ਦੇ ਵਿੱਚ ਪੰਜਾਬੀ ਨੂੰ ਜਾਗਰੂਕ ਰੱਖਣਾ ਚਾਹੁੰਦੇ ਹਾਂ, ਪੰਜਾਬੀ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ ਵਿਸ਼ਵ ਤੱਕ, ਕਿਉਂਕਿ ਗੱਲਾਂ ਅਸੀਂ ਵਿਸ਼ਵ ਤੱਕ ਦੀਆਂ ਕਰਦੇ ਹਾਂ, ਅਸੀਂ ਵਰਲਡ ਪੰਜਾਬੀ ਕਾਨਫਰੰਸਾਂ ਹੋ ਰਹੀਆਂ ਨੇ, ਵਰਲਡ ਪੰਜਾਬੀ ਉਹ ਹੋ ਰਹੀਆਂ ਨੇ। ਲੇਕਿਨ ਮੈਂ ਇੱਥੇ ਗੱਲ ਇਹ ਵੀ ਜ਼ਰੂਰ ਕਹਿਣਾ ਚਾਹੂੰਗਾ ਵਾਲੀ ਸਾਹਿਬ, ਜਿਵੇਂ ਤੁਹਾਨੂੰ ਪਤਾ ਮੈਂ ਕੈਨੇਡਾ ਅਮਰੀਕਾ ਜਾ ਕੇ ਆਇਆ, ਪਰ ਉੱਥੇ ਸਾਡੇ ਲੋਕ ਜਿਹੜੇ ਨੇ ਉਹ ਪੰਜਾਬੀ ਨੂੰ ਪ੍ਰਮੋਟ ਕਰ ਰਹੇ ਨੇ। ਜਦੋਂ ਕਿ ਅਸੀਂ ਪੰਜਾਬ ਦੇ ਵਿੱਚ ਜੇ ਆ ਕੇ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਪੰਜਾਬੀ ਸਾਡੀ ਬਹੁਤ ਪਿੱਛੇ ਜਾ ਰਹੀ। ਬਿਲਕੁਲ ਠੀਕ, ਅਤੇ ਡਾਕਟਰ ਹਰਨੇਕ ਜਿਹੜੀ ਉਹਨਾਂ ਨੇ ਮੰਮੀ ਢਿੱਲੋਂ ਨੇ ਗੱਲ ਕੀਤੀ ਕਿ ਚੈਕਿੰਗ ਹੁੰਦੀ ਹੈ, ਚੈਕਿੰਗ ਦਾ ਤਾਂ ਰਾਈਟ ਤੁਹਾਡੇ ਕੋਲ ਹੈ, ਤੁਸੀਂ ਅਫਸਰਾਂ ਦੀ ਚੈਕਿੰਗ ਕਰਦੇ ਹੋ ਕਿ ਨਹੀਂ ਕਰਦੇ? ਵਾਲੀਆ ਸਾਹਿਬ, ਜਿੱਥੋਂ ਤੱਕ ਜਿਹੜੀ ਮੰਮੀ ਸਾਹਿਬ ਨੇ ਗੱਲ ਕੀਤੀ ਆ ਜੀ, ਅਤੇ ਅਫਸਰਾਂ ਦੀ ਜਿਹੜੀ ਚੈਕਿੰਗ ਆ, ਸਾਡੇ ਵਿਭਾਗ ਦੇ ਜਿਹੜੇ ਉੱਚ ਅਧਿਕਾਰੀ ਨੇ, ਜਿਵੇਂ ਸੈਕਟਰੀ ਸਾਹਿਬ ਦੇ ਲੈਵਲ 'ਤੇ ਜਾ ਕੇ ਜਦੋਂ ਸਕੱਤਰੇ ਦੇ ਵਿੱਚ ਚੈਕਿੰਗ ਹੁੰਦੀਆਂ, ਜਾਂ ਮਿਨਿਸਟਰ ਸਾਹਿਬ ਨੂੰ ਨਾਲ ਲੈ ਕੇ ਜਿਹੜੇ IAS ਅਫਸਰਾਂ ਦੀ ਚੈਕਿੰਗ ਆ, ਉਹ ਤਾਂ ਫਿਰ ਸਾਡੀ ਜਿਹੜੀ ਉੱਪਰਲੀ ਅਫਸਰਸ਼ਾਹੀ ਆ, ਲੋਬੀ ਆ, ਉਹਨਾਂ ਨੂੰ ਲੈ ਕੇ ਹੀ ਅਸੀਂ ਬੀਤੇ ਸਮੇਂ ਦੇ ਦੌਰਾਨ ਇੱਦਾਂ ਦੀਆਂ ਮੁਹਿੰਮਾਂ ਵੀ ਚਲਾਉਂਦੇ ਰਹੇ ਹਾਂ। ਅਤੇ ਜਿਹੜੇ ਨਿਚਲਾ ਅਮਲਾ ਹੈ, ਜਿਹੜਾ
ਦਫ਼ਤਰਾਂ ਦੇ ਵਿੱਚ ਕੰਮ ਕਰਦਾ, ਡੀ ਸੀ ਦਫ਼ਤਰਾਂ ਦੇ, ਹੋਰ ਜ਼ਿਲ੍ਹੇ ਦੇ ਜਿੰਨੇ ਵੀ ਦਫ਼ਤਰ ਨੇ, ਉਹਨਾਂ ਦੀ ਜਿਹੜੀ ਚੈਕਿੰਗ ਹੈ ਉਹ ਸਾਰੇ ਸਾਡੇ ਜ਼ਿਲ੍ਹਾ ਪਾਸਾ ਅਫਸਰਾਂ ਵੱਲੋਂ ਕੀਤੀ ਜਾਂਦੀ ਹੈ ਜੀ। ਇਹ ਜੋ ਡਾਕਟਰ ਹਰਨੇਕ ਸਿੰਘ ਨੇ ਗੱਲ ਕੀਤੀ ਹੈ, ਜੋ ਮੰਮੀ ਢਿੱਲੋਹਰਾ ਨੇ ਗੱਲ ਕੀਤੀ ਹੈ, ਜਿਨ੍ਹਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਉਹ ਤਾਂ ਪਹਿਲੇ ਪੰਜਾਬੀ 'ਚ ਕੰਮ ਕਰਦੇ ਨੇ, ਅਤੇ ਲੇਕਿਨ ਜਿਹੜੇ ਅਫਸਰ ਨੇ ਜਿਨ੍ਹਾਂ ਨੇ ਲਾਗੂ ਕਰਨੀ ਹੈ, ਜਿਵੇਂ ਹੁਣ ਬਿਜਲੀ ਬੋਰਡ ਦਾ ਚੇਅਰਮੈਨ ਹੈ, ਜੇ ਉਸਨੂੰ ਲੱਗਦਾ ਕਿ ਉਹਨਾਂ ਨੇ ਲਾਗੂ ਕਰਨੀ ਹੈ ਤਾਂ ਉਹ ਇਹ ਗੱਲ ਪੰਜਾਬੀ 'ਚ ਐਗਜ਼ਾਮ ਹੋ ਸਕਦਾ ਸੀ ਜਾਂ ਕਹਿ ਸਕਦੇ ਸੀ ਪ੍ਰੀਖਿਆ ਪੰਜਾਬੀ 'ਚ ਹੋਣੀ ਹੈ। ਇਹ ਬਹੁਤ ਐਸੀਆਂ ਗੱਲਾਂ ਨੇ ਜਿਨ੍ਹਾਂ ਬਾਰੇ ਹੋਰ ਚਰਚਾ ਕਰਨੀ ਬਣਦੀ ਹੈ, ਲੇਕਿਨ ਇਸ ਬ੍ਰੇਕ ਤੋਂ ਬਾਅਦ ਅਸੀਂ ਚਰਚਾ ਕਰਾਂਗੇ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਬ੍ਰੇਕ 'ਤੇ ਜਾਣ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਕਿ ਜਿਹੜੀ ਚੈਕਿੰਗ ਦਾ ਰਾਈਟ ਹੈ ਉਹ ਭਾਸ਼ਾ ਵਿਭਾਗ ਨੂੰ ਮਿਲਿਆ ਹੋਇਆ, ਜਿਹੜਾ ਪੰਜਾਬੀ ਦੇ ਵਿੱਚ ਕੰਮ ਨਹੀਂ ਕਰਦਾ ਉਹਨੂੰ ਸਜ਼ਾ ਵੀ ਦੇ ਸਕਦੇ ਹਨ। ਡਾਕਟਰ ਭੀਮਿੰਦਰ, ਭਾਸ਼ਾ ਵਿਭਾਗ ਨੂੰ ਵੀ ਰਾਈਟ ਮਿਲਿਆ, ਵੈਸੇ ਵੀ ਸਾਡੀ ਇਹ ਗੱਲ ਸਾਡੀ ਡਿਊਟੀ ਬਣਦੀ ਹੈ, ਬਿਲਕੁਲ ਸਾਡੀ ਆਪਣੀ ਬੋਲੀ ਹੈ, ਲੋਕ ਆਪਣੀ ਬੋਲੀ ਦੇ ਵਿੱਚ ਕੰਮ ਕਰਕੇ ਖੁਸ਼ ਹੁੰਦੇ ਨੇ, ਮਾਣ ਮਹਿਸੂਸ ਕਰਦੇ ਨੇ। ਬਿਲਕੁਲ ਸ਼ਾਇਦ ਪੰਜਾਬੀ ਨੇ ਇਕੱਲੇ, ਪਤਾ ਨਹੀਂ ਅੰਗਰੇਜ਼ੀ ਬੋਲ ਕੇ ਜਾਂ ਹੋਰ ਭਾਸ਼ਾਵਾਂ ਬੋਲ ਕੇ ਮਾਣ ਮਹਿਸੂਸ ਕਰਦੇ ਨੇ, ਲੇਕਿਨ ਜਿਹੜੀ ਇਹ ਗੱਲ ਹੈ ਵੀ ਚੈਕਿੰਗ ਨਾਲ ਅਸੀਂ ਪੰਜਾਬੀ ਲਾਗੂ ਕਰਾਉਣ ਨੂੰ ਫਿਰਦੇ ਹਾਂ, ਇਕੱਲੀ ਸਟੇਟ ਐਸੀ ਹੋਊ ਪੰਜਾਬ ਜਿਹਦੇ ਵਿੱਚ ਪੰਜਾਬੀ ਬੋਲਣ ਕਰਕੇ ਸਕੂਲਾਂ 'ਚ ਸਜ਼ਾ ਮਿਲਦੀ ਹੈ ਅਤੇ ਅਸੀਂ ਉੱਥੇ ਵੀ ਕੁਛ ਨਹੀਂ ਕਰਦੇ। ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਇੰਨਾ ਟਾਈਮ ਹੋ ਗਿਆ 67 ਤੋਂ ਲੈ ਕੇ ਜਿਹੜਾ ਐਕਟ ਬਣਿਆ, ਕੋਈ ਸਜ਼ਾ ਮਿਲੀ ਹੈ ਕਿਸੇ ਨੂੰ? ਵਾਲੀਆ ਸਾਹਿਬ, ਇਹ ਬਹੁਤ ਅਫਸੋਸ ਦੀ ਗੱਲ ਹੈ ਕਿ ਲਕਸ਼ਮਣ ਸਿੰਘ ਗਿੱਲ ਹੋਰਾਂ ਨੇ ਬਹੁਤ ਸ਼ਿੱਦਤ ਦੇ ਨਾਲ, ਜਿਵੇਂ ਆਪਣੀ ਪਹਿਲਾਂ ਗੱਲ ਹੋਈ ਹੈ ਕਿ ਇਸ ਕਾਨੂੰਨ ਨੂੰ ਲਾਗੂ ਕੀਤਾ ਕਿ ਜਿਹੜਾ ਵੀ ਅਫਸਰ ਪੰਜਾਬੀ ਵਿੱਚ ਕੰਮ ਨਹੀਂ ਕਰੇਗਾ ਉਹਨੂੰ ਕੋਈ ਨਾ ਕੋਈ ਸਜ਼ਾ ਮਿਲਣੀ ਚਾਹੀਦੀ ਹੈ। ਇੱਕ ਤਰਮੀਮ ਪਾਸ ਕੀਤੀ ਗਈ ਉਸ ਸੰਵਿਧਾਨ ਦੇ ਵਿੱਚ, ਪਰ ਹਕੀਕਤ ਕੀ ਸੀਗੀ ਕਿ ਹਕੀਕਤ ਦੇ ਵਿੱਚ ਉਹਦੇ ਵਿੱਚ ਐਸੀਆਂ ਚੋਰ ਮੋਰੀਆਂ ਰੱਖੀਆਂ ਗਈਆਂ ਕਿ ਜਿਹੜਾ ਵੀ ਅਫਸਰ ਕਿਵੇਂ ਨਾ ਕੋਈ ਉਹਦੇ ਕੋਲ ਬਹਾਨਾ ਸੀਗਾ ਕਿ ਉਹ ਆਪਣੀ ਇਸ ਸਜ਼ਾ ਤੋਂ ਬਚ ਸਕਦਾ ਸੀਗਾ। ਉਹਦਾ ਨਤੀਜਾ ਇਹ ਨਿਕਲਿਆ ਕਿ ਅੱਜ ਤੱਕ ਇੱਕ ਵੀ ਅਫਸਰ ਨੂੰ ਇਹਦੇ ਬਾਰੇ ਕੋਈ, ਇਹਦੇ ਸੰਬੰਧੀ ਕੋਈ ਸਜ਼ਾ ਨਹੀਂ ਹੋਈ। ਇਹ ਰਿਕਾਰਡ ਹੈ, ਕਿਉਂਕਿ ਸਾਡੀ ਜਿਹੜੀ ਅਫਸਰਸ਼ਾਹੀ ਹੈ ਔਰ ਸਾਡੀ ਜਿਹੜੀ ਨੇਤਾ ਲੋਕ ਨੇ ਇਹ ਆਪਸ 'ਚ ਮਿਲੇ ਹੋਏ ਨੇ, ਜਦੋਂ ਜਿੰਨੀ ਦੇਰ ਉੱਪਰੋਂ ਪਾਸ ਨਹੀਂ ਹੋਏਗੀ ਕੋਈ ਵੀ ਕਾਨੂੰਨ ਹੋਏਗਾ, ਜਿੰਨੀ ਦੇਰ ਉੱਪਰਲੇ ਲੈਵਲ 'ਤੇ ਉਹ ਸਾਡੀਆਂ ਸਰਕਾਰਾਂ ਦੀ ਨੀਤ ਨਹੀਂ ਹੋਏਗੀ, ਸੱਚੀ ਨੀਤ ਨਹੀਂ ਹੋਏਗੀ, ਉਨੀ ਦੇਰ ਤੁਸੀਂ ਥੱਲੇ ਉਸਨੂੰ ਲਾਗੂ ਨਹੀਂ ਕਰ ਸਕਦੇ। ਔਰ ਇਹਦਾ ਨਤੀਜਾ ਹੈ ਕਿ ਅੱਜ ਤੱਕ ਕਿਸੇ ਵੀ ਆਫਿਸਰ ਨੂੰ ਪੰਜਾਬੀ ਨਾ ਲਿਖਣ ਦੀ ਜਾਂ ਨਾ ਬੋਲਣ ਦੀ ਕੋਈ ਸਜ਼ਾ ਨਹੀਂ ਹੋਈ। ਔਰ ਉਹਦਾ ਨਤੀਜਾ ਅਸੀਂ ਜਿਵੇਂ ਤੁਸੀਂ ਸਕੂਲਾਂ ਦੀ ਗੱਲ ਕੀਤੀ ਹੈ, ਉਹ ਸਕੂਲਾਂ ਦੇ ਵਿੱਚ ਜਿੰਨੇ ਵੀ ਅੱਜ ਬੱਚਿਆਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ ਔਰ ਜਿੰਨੇ ਵੀ ਸਕੂਲਾਂ ਦੇ ਵਿੱਚ ਜਾਂ ਪ੍ਰਾਈਵੇਟ ਨੇ ਜਾਂ ਸਰਕਾਰੀ ਨੇ ਜਿੱਥੇ ਪੰਜਾਬੀ ਸਹੀ ਤਰੀਕੇ ਨਾਲ ਨਹੀਂ ਪੜ੍ਹਾਈ ਜਾਂਦੀ, ਉੱਥੇ ਵੀ ਕੋਈ ਸਹੀ ਤਰ੍ਹਾਂ ਦੇ ਜਿਹੜੇ ਸਟੈਪਸ ਨੇ ਉਹ ਕਦਮ ਜਿਹੜੇ ਨੇ ਨਹੀਂ ਚੁੱਕੇ ਜਾਂਦੇ ਪੰਜਾਬੀ ਭਾਸ਼ਾ ਦੇ ਲਈ। ਬਿਲਕੁਲ ਡਾਕਟਰ ਭੀਮਿੰਦਰ, ਇੱਕ ਗੱਲ ਜਿਹੜੀ ਮੈਂ ਤੁਹਾਡੇ ਤੋਂ ਬਾਅਦ ਡਾਕਟਰ ਆਪਣੇ ਢਿੱਲੋਂ ਸਾਹਿਬ ਕੋਲ ਜਾਣਾ ਹੈ। ਢਿੱਲੋਂ ਸਾਹਿਬ, ਗੱਲ ਇਹ ਹੈ ਕਿ ਤੁਸੀਂ, ਅਸੀਂ ਤਾਂ ਡਿਮਾਂਡ ਕਰ ਰਹੇ ਹਾਂ, ਸਾਡੀ ਮੰਗ ਹੈ, ਇਸੇ ਕਰਕੇ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਕਿ ਪੰਜਾਬੀ ਦੀ ਗੱਲ ਹੋਵੇ। ਅਸੀਂ ਤਾਂ ਲਗਾਤਾਰ ਮੀਡੀਆ ਰਾਹੀਂ, ਆਪਣੇ ਚੈਨਲ ਰਾਹੀਂ ਅਸੀਂ ਕਹਿ ਰਹੇ ਹਾਂ ਕਿ ਪੰਜਾਬੀ ਪਰਿਵਾਰ ਦੀ, ਸਰਕਾਰ ਦੀ ਅਤੇ ਰੁਜ਼ਗਾਰ ਦੀ ਭਾਸ਼ਾ ਬਣੇ, ਇਹ ਗੱਲ ਲਗਾਤਾਰ ਕੋਸ਼ਿਸ਼ ਹੋ ਰਹੀ ਹੈ। ਲੇਕਿਨ ਤੁਸੀਂ ਇੰਪਲਾਈਜ਼ ਦੇ ਨੇਤਾ ਹੋ, ਇੰਪਲਾਈਜ਼ ਯੂਨੀਅਨ ਦੇ ਤੌਰ 'ਤੇ ਕਿਤੇ ਲਿਖ ਕੇ ਵੀ ਦਿੱਤਾ ਹੈ ਕਿ ਪੰਜਾਬੀ 'ਚ ਪੇਪਰ ਹੋਣ? ਜਿੱਥੇ ਤੱਕ ਸਵਾਲ ਤੁਸੀਂ ਇਹ ਲਿਖ ਕੇ ਦੇਣ ਦੀ ਕਿਹਾ, ਇਹ ਮੈਂ ਹੀ ਨਹੀਂ ਬਲਕਿ ਮੇਰੇ ਤੋਂ ਪਹਿਲਾਂ ਦੇ ਵੀ ਜੋ ਲੀਡਰਸ ਨੇ ਜਾਂ ਹੁਣ ਵੀ ਲੀਡਰਸ ਹੈਗੇ ਨੇ ਉਹ ਇਸ ਚੀਜ਼ 'ਤੇ ਬਹੁਤ ਜ਼ੋਰ ਲਾਉਂਦੇ ਨੇ। ਔਰ ਈਵਨ ਅਸੀਂ ਇੱਥੇ ਤੱਕ ਵੀ ਟਰਾਂਸਲੇਸ਼ਨ ਕਰਾ ਕੇ ਵੀ ਪੇਪਰਾਂ ਨੂੰ ਵੰਡੇ ਹੈਗੇ ਆ ਕਿ ਕੁਛ ਲੋਕ ਜਿਹੜੇ ਇੰਗਲਿਸ਼ ਦੇ ਵਿੱਚ ਉਹਨਾਂ ਨੂੰ ਨਹੀਂ ਬੁੱਕਸ ਨੂੰ ਪੜ੍ਹ ਸਕਦੇ ਜੀ। ਇਹ ਅਸੀਂ ਕੋਸ਼ਿਸ਼ਾਂ ਕੀਤੀਆਂ, ਉਹਦਾ ਹੀ ਸਿੱਟਾ ਹੈ ਕਿ ਜਿਹੜੇ ਹੁਣ ਇਹ 3 ਪੇਪਰ ਹੋ ਰਹੇ ਨੇ, ਭਾਵੇਂ LDC ਦਾ, ਭਾਵੇਂ JEE ਦਾ ਜਾਂ SSA ਦਾ, ਦੋਵਾਂ ਦਾ ਤਾਂ ਹਲੇ ਜਿਹੜਾ ਸਿਲੇਬਸ ਹੈ ਉਹ ਹਲੇ ਇੰਗਲਿਸ਼ ਦੇ ਵਿੱਚ ਹੀ ਹੈ, JEE ਅਤੇ ਪੰਜਾਬੀ ਦਾ, JEE ਅਤੇ LDC, ਪਰ SSA ਦਾ ਅਸੀਂ ਪੰਜਾਬੀ 'ਚ ਕਰਵਾ ਚੁੱਕੇ ਹਾਂ ਜੋ ਕਿ ਉਹ ਇਸ ਵੇਲੇ ਦੋਵਾਂ ਲੈਂਗੁਏਜ ਪੇਪਰ ਹੋ ਰਹੇ ਆ। ਇਸੇ ਤਰ੍ਹਾਂ ਜੋ
ਸਾਡੇ ਪਾਵਰਕੌਮ ਦਾ ਜੋ ਕਿ ਪਹਿਲਾਂ ਬਿਜਲੀ ਬੋਰਡ ਸੀਗਾ ਉਹਦੇ ਰੂਲ ਐਂਡ ਰੈਗੂਲੇਸ਼ਨਸ ਨੇ, ਗਾਈਡਲਾਈਨਸ ਨੇ, ਜਾਂ ਜੋ ਵੀ ਉਹਨਾਂ ਦਾ ਕਾਨੂੰਨ ਨਾਲ ਲਿੰਕਡ ਹੈ, ਉਹ ਹਰ ਚੀਜ਼ ਇੰਗਲਿਸ਼ ਦੇ ਵਿੱਚ ਹੈ, ਉਹਨੂੰ ਚੇਂਜ ਕਰਨ ਵਾਸਤੇ ਬਹੁਤ ਵਾਰ ਕਿਹਾ ਗਿਆ। ਔਰ ਜਿਹੜੇ ਪਰਫੋਰਮੇ ਬਣਦੇ ਨੇ ਅਸੀਂ ਉਹਨਾਂ ਨੂੰ ਵੀ ਕਿਹਾ ਸੀ ਵੀ ਇਹਨਾਂ ਨੂੰ ਟ੍ਰਾਂਸਲੇਸ਼ਨ ਕਰਕੇ ਅਸੀਂ ਪੰਜਾਬੀ ਦੇ ਵਿੱਚ ਕਰਾਈਏ। ਇਹਦਾ ਹੀ ਇੱਕ ਸਿੱਟਾ ਹੈ, ਜਿਵੇਂ ਅਸੀਂ ਕਨੈਕਸ਼ਨ ਲੈਂਦੇ ਹਾਂ ਬਿਜਲੀ ਦੇ, ਜਿਹੜੇ ਕਨੈਕਸ਼ਨ ਲੈਂਦੇ ਉਹ, ਜੇ ਤੁਹਾਨੂੰ ਯਾਦ ਹੋਊਗਾ ਅੱਜ ਤੋਂ 15 ਜਾਂ 20 ਸਾਲ ਪਹਿਲਾਂ ਉਹ ਸਾਰਾ ਇੰਗਲਿਸ਼ ਦੇ ਵਿੱਚ ਸੀਗਾ, ਹੁਣ ਉਹ ਤਕਰੀਬਨ ਪੰਜਾਬੀ ਵਿੱਚ ਹੈ। ਕਿਉਂ ਜੀ ਡਾਕਟਰ ਦੇਖ, ਤੁਹਾਡਾ ਫੀਲਡ ਹੈ ਟ੍ਰਾਂਸਲੇਸ਼ਨ ਜੀ, ਜਿਵੇਂ ਮੰਮੀ ਢਿਲੋਹਰੀ ਕਹਿ ਰਹੇ ਨੇ, ਤੁਹਾਡੇ ਕੋਲ ਕੁਛ ਐਸੀ ਆਇਆ ਬੋਰਡ ਦਾ ਵੀ ਸਾਨੂੰ ਪੰਜਾਬੀ ਚ ਕਰਕੇ ਦਿਓ? ਵਾਲੀਆ ਸਾਹਿਬ, ਸਮੁੱਚੇ ਪੰਜਾਬ ਦੇ ਜਿੰਨੇ ਵੀ ਵਿਭਾਗ ਨੇ, ਮੈਂ ਮੇਰੇ ਵਿਭਾਗ ਦਾ ਜਿਹੜਾ ਟ੍ਰਾਂਸਲੇਸ਼ਨ ਵਿੰਗ ਆ ਮੈਂ ਦੇਖ ਰਿਹਾ, ਮੈਂ ਇੰਚਾਰਜ ਹਾਂ ਉਸ ਦਾ ਜੀ। ਅਤੇ ਬਿਜਲੀ ਬੋਰਡ ਦਾ ਜਦੋਂ ਤੋਂ ਇਹਨਾਂ ਦਾ ਆਪਣਾ ਪੰਜਾਬੀ ਵਿਭਾਗ ਬਣਿਆ, ਉਸ ਤੋਂ ਬਾਅਦ ਥੋੜ੍ਹਾ ਜਿਹਾ ਅਸੀਂ ਜਿਹੜੇ ਵੇਸਲੇ ਹੋਏ ਹਾਂ ਜੀ। ਅਦਰਵਾਈਜ਼ ਉਸ ਤੋਂ ਪਹਿਲਾਂ ਬੋਰਡ ਦੀ ਚੈਕਿੰਗ ਵੀ ਜਿਹੜਾ ਭਾਸ਼ਾ ਵਿਭਾਗ ਕਰਦਾ ਸੀਗਾ ਜੀ, ਅਤੇ ਬਾਕੀ ਜਿੰਨੇ ਵੀ ਪੰਜਾਬ ਦੇ ਦਫ਼ਤਰ ਨੇ ਉਹਨਾਂ ਦੇ ਜਿੰਨੇ ਰੂਲਸ ਨੇ, ਰੈਗੂਲੇਸ਼ਨਸ ਨੇ, ਸੂਚਨਾਵਾਂ, ਅਧਿਸੂਚਨਾਵਾਂ, ਉਹ ਮੇਰੇ ਵਿਭਾਗ ਕੋਲ ਆਉਂਦੀਆਂ, ਅਸੀਂ ਬਾਕਾਇਦਾ ਕਰਕੇ ਉਹਨਾਂ ਦੀ ਜਿਹੜੀ ਟ੍ਰਾਂਸਲੇਸ਼ਨ ਪੰਜਾਬੀ ਦੇ ਵਿੱਚ ਉਹਨਾਂ ਨੂੰ ਭੇਜਦੇ ਹਾਂ। ਜੇ ਬਿਜਲੀ ਬੋਰਡ ਦਾ ਵੀ ਇੱਦਾਂ ਦਾ ਕੋਈ ਰੂਲਸ ਨੇ, ਰੈਗੂਲੇਸ਼ਨਸ ਨੇ, ਉਹ ਸਾਡੇ ਕੋਲ ਭੇਜਣ ਅਤੇ ਅਸੀਂ ਉਹਦਾ ਪੰਜਾਬੀ ਨੂੰ ਜਿਹੜਾ ਕਰਕੇ ਇਹਨਾਂ ਨੂੰ, ਮੇਰਾ ਖਿਆਲ ਹੈ ਕਿ ਇਹ ਜਿਹੜਾ ਬਹਾਨਾ ਪਾਵਰਕੌਮ ਕੋਲ ਨਹੀਂ ਹੋਣਾ ਚਾਹੀਦਾ ਕਿ ਸਿਲੇਬਸ ਜਿਹੜਾ ਇਸ ਤਰ੍ਹਾਂ, ਤਾਂ ਹੁਣ ਸਾਰੀ ਯੂਨੀਵਰਸਿਟੀ ਦੇ ਵਿੱਚ ਤੁਹਾਡਾ ਵੀ ਡਿਪਾਰਟਮੈਂਟ ਡਾਕਟਰ ਭੀਮਿੰਦਰ ਇਹੀ ਕੰਮ ਤੇ ਹੈ, ਬਿਲਕੁਲ ਤੁਹਾਨੂੰ ਨਹੀਂ ਲੱਗਦਾ ਕਿ ਇਸ ਨੂੰ ਆਪਾਂ ਕਿ ਮਤਲਬ ਜਿਹੜੇ ਡਿਪਾਰਟਮੈਂਟ ਵੀ ਆਪਾਂ ਚਾਹੁੰਦੇ ਕਿ ਪੰਜਾਬ ਦੇ ਕਿੰਨੇ ਕੁ ਅਦਾਰੇ ਨੇ, ਸਰਕਾਰੀ ਅਦਾਰਿਆਂ ਨਾਲ ਗੱਲ ਹੋ ਸਕਦੀ ਹੈ, ਤਾਂ ਉਹਦੇ 'ਚ ਅਸੀਂ ਉਹਨੂੰ ਪੰਜਾਬੀ 'ਚ ਜੇ ਬਹਾਨਾ, ਪਰ ਲੱਗਦਾ ਨਹੀਂ ਕਿ ਇਹ ਬਹਾਨਾ। ਤੁਹਾਨੂੰ ਕੀ ਲੱਗਦਾ ਕਿ ਇਹਦੇ ਪਿੱਛੇ ਹੋਰ ਕੀ ਸਿਆਸਤ ਕੰਮ ਕਰ ਰਹੀ ਹੈ? ਦੇਖੋ, ਇਹਦੇ ਪਿੱਛੇ ਇੱਕ ਸਿਆਸਤ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਵਿਸ਼ਵੀਕਰਨ ਦੀਆਂ ਨੀਤੀਆਂ ਜਿਹੜੀਆਂ ਇਸ ਵੇਲੇ ਅੰਤਰਰਾਸ਼ਟਰੀ ਪੱਧਰ 'ਤੇ ਚੱਲ ਰਹੀਆਂ ਨੇ ਜੀ, ਉਹਦੀ ਇੱਕ ਪੋਲਿਟਿਕਸ ਇਹ ਹੈ ਕਿ ਜਿਹੜੀਆਂ ਸਾਡੀਆਂ ਲੋਕਲ ਲੈਂਗੁਏਜਸ ਨੇ ਪੂਰੀ ਦੁਨੀਆ ਦੇ ਵਿੱਚ, ਉਹਨਾਂ ਨੂੰ ਖਾ ਜਾਓ। ਔਰ ਉਹਦਾ ਨਤੀਜਾ, ਯੂਨੈਸਕੋ ਦੀ ਰਿਪੋਰਟ ਇਹ ਕਹਿੰਦੀ ਹੈ ਕਿ ਹਰ 15 ਦਿਨਾਂ ਬਾਅਦ ਦੁਨੀਆ ਦੇ ਵਿੱਚ ਇੱਕ ਭਾਸ਼ਾ ਖਤਮ ਹੋ ਰਹੀ ਹੈ। ਔਰ ਉਸ ਪੰਜਾਬੀ ਵੀ ਆਉਣ ਵਾਲੇ 50 ਸਾਲਾਂ ਦੇ ਵਿੱਚ ਇਹ ਕਹਿ ਚੁੱਕੇ ਨੇ ਕਿ ਜੇ ਇਹੀ ਹਾਲਾਤ ਰਹੇ ਤਾਂ ਆਉਣ ਵਾਲੇ 50 ਸਾਲਾਂ ਦੇ ਵਿੱਚ ਪੰਜਾਬੀ ਇਸ ਧਰਤੀ ਤੋਂ ਖਤਮ ਹੋ ਜਾਏਗੀ। ਸੋ ਸਵਾਲ ਪੈਦਾ ਹੁੰਦਾ ਕਿ ਇਸ ਨੂੰ ਕਿਵੇਂ ਠੀਕ ਕੀਤਾ ਜਾ, ਜਾਂ ਇਹਦੇ ਪਿੱਛੇ ਜਿਹੜੀ ਸਿਆਸਤ ਹੈਗੀ ਹੈ ਉਹ ਇੰਟਰਨੈਸ਼ਨਲ ਪੱਧਰ ਤੋਂ ਸ਼ੁਰੂ ਹੁੰਦੀ ਹੈ, ਫਿਰ ਉਹ ਨੈਸ਼ਨਲ ਪੱਧਰ 'ਤੇ ਆਉਂਦੀ ਹੈ, ਜਿਹੜੀ ਕਿ ਹਿੰਦੀ ਦਾ ਸਾਨੂੰ ਵੱਡਾ ਖਤਰਾ ਹੈ, ਔਰ ਹਿੰਦੀ ਫਿਰ ਦੂਜੀਆਂ ਭਾਸ਼ਾਵਾਂ ਨੂੰ ਖਾ ਰਹੀ ਹੈ ਜਿਹੜੀਆਂ ਸਾਡੀਆਂ ਸਟੇਟ ਲੈਂਗੁਏਜਸ ਨੇ। ਸੋ ਇਸ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇ ਜੀ। ਸੋ ਸਾਨੂੰ ਇਸ ਵੇਲੇ ਸਾਡਾ ਜਿਹੜਾ ਤੁਸੀਂ ਅਨੁਵਾਦ ਦੀ ਗੱਲ ਕੀਤੀ ਹੈ, ਸਾਡਾ ਪੰਜਾਬੀ ਦੇ ਵਿੱਚ ਇਸ ਵੇਲੇ ਸੰਵਿਧਾਨ ਵੀ ਸਾਨੂੰ ਨਹੀਂ ਮਿਲਦਾ। ਸਾਡੀਆਂ ਛੋਟੀਆਂ ਅਦਾਲਤਾਂ ਦੇ ਵਿੱਚ, ਚਾਹੇ ਉਹ ਡਿਸਟ੍ਰਿਕਟ ਅਦਾਲਤਾਂ ਨੇ, ਇਸ ਵੇਲੇ ਪੰਜਾਬੀ ਦੇ ਵਿੱਚ ਨਿਆਂ ਪ੍ਰਬੰਧ ਨਹੀਂ ਹੈ, ਪੰਜਾਬੀ ਦੇ ਵਿੱਚ ਨਿਆਂ ਨਹੀਂ ਪ੍ਰਾਪਤ ਕਰ ਸਕਦਾ। ਔਰ ਇਹੀ ਸਾਡਾ ਹਾਲ ਹੈਗਾ ਪ੍ਰਸ਼ਾਸਨ ਦੇ ਵਿੱਚ, ਪੂਰੇ ਪੰਜਾਬ ਦੇ ਜਿੰਨਾ ਪ੍ਰਸ਼ਾਸਨ ਹੈਗੀ ਹੈ ਉਹਦੇ ਵਿੱਚ ਪੰਜਾਬੀ ਜਿਹੜੀ ਹੈ ਮੁਕੰਮਲ ਤੌਰ ਤੇ ਲਾਗੂ ਨਹੀਂ ਹੋ ਰਹੀ। ਇਸੇ ਤਰ੍ਹਾਂ ਹਾਲ ਹੈਗਾ ਅਧਿਆਪਨ ਦਾ, ਇਹ ਤਿੰਨਾਂ ਅਧਿਆਪਨ, ਪ੍ਰਸ਼ਾਸਨ ਤੇ ਅਦਾਲਤਾਂ ਦੇ ਵਿੱਚ ਇਸ ਵੇਲੇ ਪੰਜਾਬੀ ਦਾ ਬਹੁਤ ਬੁਰਾ ਹਾਲ ਹੈ। ਜੋ ਸਾਨੂੰ ਬਹੁਤ ਮਿਹਨਤ ਕਰਨ ਦੀ ਲੋੜ ਹੈ ਜੇ ਉੱਪਰ ਸਾਡੀਆਂ ਸਰਕਾਰਾਂ ਚਾਹੁਣ ਤਾਂ। ਢਿੱਲੋਂ ਸਾਹਿਬ, ਤੁਸੀਂ ਵਿਸ਼ਵ ਕਾਨਫਰੰਸ ਜਿਹੜੀ ਹੈ ਉਹ ਵੀ ਅਟੈਂਡ ਕੀਤੀ ਪੰਜਾਬੀ ਦੀ, ਔਰ ਤੁਸੀਂ ਇੱਕ ਡਿਪਟੀ ਸੈਕਟਰੀ ਦੇ ਨਾਲ ਨਾਲ ਇੰਪਲਾਈਜ਼ ਦੇ ਫੈਡਰੇਸ਼ਨ ਦੇ ਨਾਲ ਨਾਲ ਪੇਰੈਂਟਸ ਵੀ ਹੋ ਔਰ ਪਿੰਡ ਨਾਲ ਬਿਲੋਂਗ ਵੀ ਕਰਦੇ ਹੋ। ਜੇ ਪਿੰਡ ਨਾਲ ਸੰਬੰਧਿਤ ਬੰਦਾ ਜੇ ਇਹ ਗੱਲ ਸਮਝ ਸਕਦਾ ਹੈ ਕਿ ਬਈ ਸਾਡੇ ਪਿੰਡਾਂ ਦੇ ਬੱਚਿਆਂ ਦਾ ਇਹ ਨੁਕਸਾਨ ਹੁੰਦਾ, ਇਹ ਜਿਹੜੇ ਸਾਡੇ ਜਿਹੜੇ ਲੋਕ ਨੇ ਉਹਨਾਂ 'ਚ ਜਾਗਰੂਕਤਾ ਦੀ ਕਮੀ ਹੈ ਜਾਂ ਕਾਰਨ ਕੀ ਹੈ ਕਿ ਉਹ ਆਪਣੇ ਲੀਡਰਾਂ ਨੂੰ ਇਸ ਕਿਸਮ ਦੀ ਡਿਮਾਂਡ ਨਹੀਂ ਕਰਦੇ, ਮੰਗ ਨਹੀਂ ਰੱਖਦੇ? ਜਿੱਥੇ ਤੱਕ ਆਪਾਂ ਲੀਡਰਾਂ ਦੀ ਡਿਮਾਂਡ ਕਰਦੇ ਹਾਂ, ਡਿਮਾਂਡ ਉਹ ਜ਼ਰੂਰ ਕਰਦੇ ਹੋਣਗੇ, ਕਿਉਂਕਿ ਪਿੰਡਾਂ ਵਾਲੇ ਜਦੋਂ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ, ਕਿਸ ਕਾਰਨ ਨਹੀਂ ਮਿਲਦੀਆਂ? ਕਿਉਂਕਿ ਉਹ ਟੈਸਟ ਪਾਸ ਨਹੀਂ ਕਰ ਸਕਦੇ, ਤੇ ਟੈਸਟ ਤਾਂ ਨਹੀਂ ਪਾਸ ਕਰਦੇ, ਅੰਗਰੇਜ਼ੀ ਨਹੀਂ ਹੋਰੇ ਅੰਗਰੇਜ਼ੀ 'ਚ ਟੈਸਟ ਲੈਂਦੇ ਨੇ। ਅੱਛਾ, ਇੱਥੇ ਮੈਂ ਇੱਕ ਹੋਰ ਚੀਜ਼ ਤੁਹਾਨੂੰ ਦੱਸਣ ਜਾ ਰਿਹਾ ਹਾਂ ਜੀ, ਵੀ ਦੇਖੋ ਜਿਹੜੇ ਇਹ ਟੈਸਟ ਹੋ ਰਹੇ ਨੇ, ਇਹ ਪਹਿਲਾਂ ਜਿਵੇਂ ਤੁਹਾਨੂੰ ਦੱਸਿਆ ਸੀ ਸਾਡਾ ਲੈਂਗੁਏਜ ਡਿਪਾਰਟਮੈਂਟ ਸੀਗਾ, ਸਾਡਾ ਟੈਸਟ ਸਾਡੇ ਆਪਦੇ ਮਹਿਕਮਾ ਲੈਂਦਾ ਸੀਗਾ। ਹੁਣ ਦੇਖੋ ਪਟਿਆਲੇ ਦੇ ਵਿੱਚ ਬਿਜਲੀ ਬੋਰਡ ਦਾ ਹੈੱਡ ਆਫਿਸ ਹੈ ਪਾਵਰਕੌਮ ਦਾ,
ਪੰਜਾਬੀ ਯੂਨੀਵਰਸਿਟੀ ਇੱਥੇ ਹੈ, ਖਾਲਸਾ ਕਾਲਜ ਯੂਨੀਵਰਸਿਟੀ ਇੱਥੇ ਹੈ, ਆਪਣਾ ਫਤਿਹਗੜ੍ਹ ਸਾਹਿਬ ਯੂਨੀਵਰਸਿਟੀ ਜਿਹੜੀ ਹੈ ਉਹ ਇੱਥੇ, ਮਤਲਬ ਇੰਨੇ ਅਦਾਰੇ ਹੋਣ ਦੇ ਨਾਤੇ ਸਾਡੇ ਆਪਦੇ ਪੰਜਾਬੀ ਸਾਡਾ ਟੈਸਟ ਕੌਣ ਲੈ ਰਹੇ ਨੇ? ਇੱਕ ਦਿੱਲੀ ਦੀ ਫਰਮ ਲੈ ਰਹੀ ਹੈ। ਹੁਣ ਤੁਸੀਂ ਇੱਕ ਚੀਜ਼ ਦੱਸੋ, ਜਿਹੜੀ ਫਰਮ ਪੇਪਰ ਲੈ ਰਹੀ ਹੈ, ਜਦੋਂ ਉਹਨਾਂ ਨੂੰ ਪੰਜਾਬੀ ਉਹਨਾਂ ਕੋਲ ਪੰਜਾਬੀ ਨਹੀਂ ਹੈਗੀ, ਉਹ ਬੰਦਿਆਂ ਤੋਂ ਤਾਂ ਅਸੀਂ ਇਹ ਲੈ ਉਹ ਜਾ ਰਿਹਾ, ਔਰ ਉਹ ਪੈਸਾ ਉਹਨਾਂ ਨੇ ਵੀ ਕੰਟੈਕਟ ਕਿਵੇਂ ਕਰਾਉਣਾ? ਉਹਨਾਂ ਨੇ ਇੱਥੇ ਕਿਸੇ ਕਾਲਜ ਨਾਲ ਆ ਕੇ ਅੱਗੇ ਕੰਟੈਕਟ ਕਰਨਾ, ਉਹਨਾਂ ਦੇ ਟੀਚਰਾਂ ਦੀ ਡਿਊਟੀ ਲੱਗਣੀ ਹੈ। ਅਸੀਂ ਘੁੰਮ ਕੇ ਕਿੱਥੋਂ ਆਉਣਾ? ਆਹ ਕੱਲ੍ਹ ਇੱਧਰੋਂ ਨਹੀਂ ਫੜ ਰਹੇ, ਅਸੀਂ ਐਂ ਘੁੰਮ ਕੇ ਉੱਪਰੋਂ ਗੱਲ ਫੜ ਕੇ ਇੱਧਰੋਂ ਦੀ ਆ ਰਹੇ ਹਾਂ, ਨਾਲੇ ਤਾਂ ਅਸੀਂ ਉਹਨਾਂ ਨੂੰ ਪੈਸੇ ਦੇ ਰਹੇ ਹਾਂ, ਪੈਸੇ ਮੁੜ ਕੇ ਫਿਰ ਉਹਨਾਂ ਨੇ ਇਹਨਾਂ ਨੂੰ ਦੇਣੇ ਆ। ਇੱਕ ਤਾਂ ਪੰਜਾਬ ਦਾ ਨੁਕਸਾਨ ਹੋ ਰਿਹਾ, ਦੂਜਾ ਪੰਜਾਬੀਅਤ ਦਾ ਨੁਕਸਾਨ। ਬੋਲਦੇ ਆ ਪਰ ਸੁਣਦਾ ਨਹੀਂ। ਹੁਣ ਜਿੱਥੇ ਤੱਕ ਤੁਸੀਂ ਗੱਲ ਕਰਦੇ ਹੋ, ਅਸੀਂ ਲੀਡਰਸ ਦੇ ਨਾਲ ਵੀ ਇਸ ਬਾਰੇ ਸਾਡੀ ਬਹੁਤ ਗੱਲ ਹੋਈ ਹੈ। ਮੈਂ ਕਹਿਣ ਨੂੰ ਤਿਆਰ ਹਾਂ, ਸਾਡੇ ਜਿੰਨੇ ਲੀਡਰਸ ਨੇ ਜਾਂ ਸਾਡੀ ਜਿੰਨੀ ਭਾਵੇਂ ਕੋਈ ਪਾਰਟੀ, ਮੈਂ ਪਾਰਟੀ ਦੇ ਤੋਂ ਬਾਹਰ ਉੱਠ ਕੇ ਗੱਲ ਕਰਦਾ, ਕੋਈ ਇੱਕ ਬੰਦਾ ਉੱਠ ਕੇ ਇਹ ਦੱਸੇ ਵੀ ਮੇਰਾ ਬੱਚਾ ਪੰਜਾਬੀ ਮੀਡੀਅਮ ਦੇ ਸਕੂਲ 'ਚ ਪੜ੍ਹਦਾ? ਬਿਲਕੁਲ ਠੀਕ। ਭਾਵੇਂ ਆਪਣੇ ਅਫਸਰ ਸਾਹਿਬਾਨ ਨੂੰ ਪੁੱਛ ਲਓ, ਈਵਨ ਅਪ ਟੂ ਦਾ ਗਜ਼ਟਡ ਰੈਂਕਸ ਨੂੰ ਵੀ ਮੈਂ ਕਹਿਣ ਨੂੰ ਤਿਆਰ ਹਾਂ। ਈਵਨ ਮੈਂ ਵੀ ਆਪ, ਮੇਰੇ ਬੱਚੇ ਵੀ ਇੰਗਲਿਸ਼ ਸਕੂਲ 'ਚ ਪੜ੍ਹੇ। ਬਿਲਕੁਲ। ਉਹਦਾ ਕਾਰਨ ਕੀ ਹੈ? ਕਿਉਂਕਿ ਅਸੀਂ ਅੱਗੇ ਕੰਪੀਟੀਸ਼ਨ ਦੇ ਵਿੱਚ ਪਾਰਟੀਸਪੇਟ ਨਹੀਂ ਕਰ ਸਕਦੇ ਜੇ ਅਸੀਂ ਇਕੱਲੇ ਪੰਜਾਬੀ ਕਹਿ ਰਹੇ ਨੇ। ਇਹ ਸਾਨੂੰ ਬਹੁਤ ਵੱਡੀ ਮਾਰ ਵੱਜ ਰਹੀ। ਮੋਮੀ ਢਿੱਲੋਂ ਇੱਕ ਕੌੜਾ ਸੱਚ ਜਿਹੜਾ ਹੈ ਬੋਲ ਕੇ ਗਏ ਨੇ, ਸੱਚਮੁੱਚ ਹੀ ਪੰਜਾਬ ਦੇ ਵਿੱਚ ਇਹੀ ਭਾਣਾ ਵਾਪਰ ਹੈ। ਇਹ ਵਰਤਾਰਾ ਕਿ ਜਿਹੜੇ ਲੀਡਰ ਕੁਛ ਕਹਿੰਦੇ ਨੇ ਜਾਂ ਜੋ ਵੀ ਕਹਿ ਰਿਹਾ ਉਹਦੇ ਵਿੱਚ ਜਿਹੜਾ ਹੈ ਦੋ ਕਿਸਮ ਦੀ ਜਿਹੜੀ ਉਹਦਾ ਫੇਸ ਵਾਲੀ ਜਿਹੜੀ ਗੱਲ ਹੈ ਉਹ ਨਜ਼ਰ ਆਉਂਦੀ ਹੈ। ਅਸੀਂ ਕਹਿੰਦੇ ਕੁਛ ਹਾਂ, ਕਰਦੇ ਕੁਛ ਹਾਂ, ਤੋ ਖਾਸ ਤੌਰ 'ਤੇ ਪੰਜਾਬੀ ਦੇ ਮਸਲੇ 'ਚ ਤਾਂ ਇਹੀ ਕੁਛ ਨਜ਼ਰ ਆ ਰਿਹਾ। ਲੇਕਿਨ ਇਸ ਦੇ ਬਾਵਜੂਦ ਜੇ ਅਸੀਂ ਚਾਹੁੰਦੇ ਹਾਂ ਕਿ ਪੰਜਾਬੀ ਪ੍ਰਫੁੱਲਿਤ ਹੋਵੇ, ਜੇ ਚਾਹੁੰਦੇ ਹਾਂ ਪੰਜਾਬੀ ਮਾਂ ਨੂੰ ਉਸਦਾ ਮਾਂ ਬੋਲੀ ਨੂੰ ਉਸਦਾ ਰੁਤਬਾ ਮਿਲੇ, ਤਾਂ ਸਾਨੂੰ ਹੋਰ ਸੁਚੇਤ ਹੋਣ ਦੀ ਲੋੜ ਹੈ। ਅਤੇ ਸਾਨੂੰ ਲੋੜ ਹੈ ਇਸ ਤਰ੍ਹਾਂ ਦੇ ਅਦਾਰਿਆਂ ਦੇ ਵਿੱਚ, ਜਿਹੜੇ ਅਦਾਰੇ ਜਿਵੇਂ ਬਿਜਲੀ ਬੋਰਡ 'ਚ ਹੋ ਰਿਹਾ ਜਾਂ ਜਿਹੜੇ ਸਰਕਾਰੀ ਅਦਾਰੇ ਨੇ, ਉਹਨਾਂ 'ਚ ਘੱਟੋ ਘੱਟ ਐਗਜ਼ਾਮ ਜਾਂ ਉਹਨਾਂ ਦੀ ਜਿਹੜੀ ਪ੍ਰੀਖਿਆ ਉਹ ਮਾਂ ਬੋਲੀ 'ਚ ਹੋਵੇ, ਤਾਂ ਕਿ ਹਰ ਬੰਦਾ ਇਹਦੇ 'ਚ ਸਰਕਾਰੀ ਸਕੂਲ 'ਚ ਪੜ੍ਹਿਆ ਹੋਇਆ ਵੀ, ਕੌਨਵੈਂਟ ਸਕੂਲ 'ਚ ਵੀ ਪੜ੍ਹਿਆ ਹੋਇਆ, ਉਹਦੇ ਵਿੱਚ ਆਪਣੇ ਜਾ ਕੇ ਮੁਕਾਬਲੇ ਦੀ ਪ੍ਰੀਖਿਆ ਵਿੱਚ ਬੈਠ ਸਕੇ ਅਤੇ ਉਹਦਾ ਫਾਇਦਾ ਉਠਾ ਸਕੇ। ਇਸ ਤਰ੍ਹਾਂ ਜਿਹੜਾ ਹੈ ਅਸੀਂ ਇੱਕ ਪਾਸੇ ਪੰਜਾਬੀ ਦੀ ਗੱਲ ਕਰ ਰਹੇ ਹੋਵਾਂਗੇ, ਦੂਜੇ ਪਾਸੇ ਅਸੀਂ ਜਿਨ੍ਹਾਂ ਨਾਲ ਬੇਇਨਸਾਫੀ ਹੋ ਰਹੀ ਹੈ ਉਹ ਵੀ ਅਸੀਂ ਰੋਕ ਸਕਾਂਗੇ। ਇਸ ਤਰ੍ਹਾਂ ਦੀ ਮੈਨੂੰ ਲੱਗਦਾ ਕਿ ਸਾਡੀ ਇਹ ਚਰਚਾ ਦੇ ਵਿੱਚੋਂ ਕੋਈ ਗੱਲ ਅਮਰਜ ਹੋ ਰਹੀ ਹੈ। ਸੋ ਤੁਸੀਂ ਡਾਕਟਰ ਹਰਡੇਕ, ਡਾਕਟਰ ਭੀਮਿੰਦਰ, ਮੋਮੀ ਢਿੱਲੋਂ ਜੀ, ਤੁਸੀਂ ਸਾਡੇ ਸਟੂਡੀਓ 'ਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਦਰਸ਼ਕੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਕੱਲ੍ਹ ਫਿਰ ਮਿਲਾਂਗੇ ਇਸੇ ਪ੍ਰੋਗਰਾਮ ਦੇ ਵਿੱਚ।